ਤੇ ਬੱਚਿਆਂ ਦਾ ਉਹਦੀ ਹਾਲ ਵੇਖਿਆ ਜੀ ਤੇ ਇੱਕ ਮੈਨੂੰ ਗੇਟ ਦਾ ਖੜਕਾ ਵੀ ਸੁਣਿਆ ਉਦੋਂ ਬਾਹਰ ਨੂੰ ਚਲੇ ਗਏ ਹਨੀ ਵੀ ਅੰਦਰ ਜਾ ਵੜੇ ਮੈਂ ਦੁਬਾਰਾ ਫਿਰ ਵੇਖਿਆ ਮੈਂ ਬਾਜਾਂ ਬੁੱਜਾਂ ਮਾਰੀਆਂ ਵੀ ਕਿੱਧਰ ਗਏ ਚਾਹ ਬਣ ਗਈ ਚਾਹ ਪੀ ਲਓ ਕਾਰਨ ਜਿਹੜਾ ਹੈਗਾ ਜਿਹੜਾ ਲਾਲ ਸਿੰਘ ਹੈ ਜਿਹਦੀ ਮੌਤ ਹੋਈ ਆ ਔਰ ਜਿਹਨੇ ਬੱਚਿਆਂ ਦੇ ਸੱਟਾਂ ਮਾਰੀਆਂ ਉਹ ਮੈਂਟਲੀ ਤੌਰ ਤੇ ਥੋੜਾ ਜਿਹਾ ਅਪਸੈਟ ਰਹਿੰਦਾ ਸੀ ਪੈਸੇ ਧੇਲੇ ਦਾ ਲੈਣ ਦੇਣ ਸੀਗਾ ਔਰ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਔਰ ਵਕਤ ਆਪਦੇ ਬੇਟੇ ਨੂੰ ਨਾਲ ਰੱਖਦਾ ਸੀਗਾ ਕਿਤੇ ਵੀ ਜਾਣਾ ਬੇਟੇ ਬੱਚੇ ਨੂੰ ਨਾਲ ਰੱਖਣਾ मोगा जिला के पिंड रामूवाला विच एतवार को एक दिल दहला देने वाली घटना सामने आई है जिस विच मानसिक परेशानी के चलदिया लाल सिंह नामक व्यक्ति ने अपने 7 साल पुत्र करणवीर सिंह 11 साल पुत्री अरमानजीत कौर के सिर विच लोहे के हथौड़े नाल वार कर दिता जिस तों बाद उसने घर के नेड़े लंघदी 63,000 केवी की बिजली लैण नूं छू के खुदकुशी कर ली फिलहाल दोवें जख्मी बच्चों की हालत नाजुक बनी हुई है ਅਤੇ ਉਹਨਾਂ ਦਾ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਸੰਬੰਧਿਤ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਰਾਜੂ ਪਾਸੀ ਦੇ ਨਾਲ ਜੁਗਿੰਦਰ ਸਿੰਘ ਗਿੱਲ ਦੀ ਰਿਪੋਰਟ ਤੁਹਾਡੇ ਪਿੰਡ ਵਿੱਚ ਅੱਜ ਮੌਤ ਹੋਈ ਹੈ ਬੱਚਿਆਂ ਦੇ ਵੀ ਸੱਟਾਂ ਲੱਗੀਆਂ ਕੀ ਕਾਰਨ ਬਣਿਆ ਕਾਰਨ ਬੜੀ ਜੀ ਦੁਖਦਾਈ ਜਿਹੜੀ ਘਟਨਾ ਹੋਈ ਆ ਉਹ ਕਾਰਨ ਜਿਹੜਾ ਹੈਗਾ ਜਿਹੜਾ ਲਾਲ ਸਿੰਘ ਹੈ ਜਿਹਦੀ ਮੌਤ ਹੋਈ ਆ ਔਰ ਜਿਹਨੇ ਬੱਚਿਆਂ ਦੇ ਸੱਟਾਂ ਮਾਰੀਆਂ ਉਹ ਮੈਂਟਲੀ ਤੌਰ 'ਤੇ ਥੋੜ੍ਹਾ ਜਿਹਾ ਅਪਸੈਟ ਰਹਿੰਦਾ ਸੀ ਪੈਸੇ ਧੇਲੇ ਦਾ ਲੈਣ ਦੇਣ ਸੀਗਾ ਔਰ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਔਰ ਵਕਤ ਆਪਦੇ ਬੇਟੇ ਨੂੰ ਨਾਲ ਰੱਖਦਾ ਸੀਗਾ ਕਿਤੇ ਵੀ ਜਾਣਾ ਬੇਟੇ ਬੱਚੇ ਨੂੰ ਨਾਲ ਰੱਖਣਾ ਔਰ ਬਹੁਤ ਕੇਅਰ ਕਰਦਾ ਸੀ ਲੇਕਿਨ ਗਰੀਬ ਪਰਿਵਾਰ ਹੋਣ ਦੇ ਨਾਤੇ ਕਈ ਵਾਰ ਬੰਦਾ ਬੱਚਿਆਂ ਦਾ ਜ਼ਿਆਦਾ ਫਿਕਰ ਕਰਦਾ ਜਾਂ ਪਰਿਵਾਰ ਦਾ ਜ਼ਿਆਦਾ ਕਰਦਾ ਇਹ ਗੱਲ ਜਿਹੜੀ ਹੈ ਉਹ ਅੱਜ ਇਹ ਜਿਹੜੀ ਤ੍ਰਾਸਦੀ ਹੋਈ ਆ ਇਹਦੇ ਰੂਪ 'ਚ ਸਾਡੇ ਸਾਹਮਣੇ ਆਈ ਕਿਵੇਂ ਹੋਇਆ ਕਿਵੇਂ ਹੋਇਆ ਕਿਵੇਂ ਜੀ ਕਿਵੇਂ ਮਾਰਿਆ ਬੱਚਿਆਂ ਨੂੰ ਜਾਂ ਕਿਵੇਂ ਮੌਤ ਹੋਈ ਇਹਦੀ ਆਪ ਦੀ ਉਹ ਤਾਂ ਜੀ ਡੀਐਸਪੀ ਮਨਜੀਤ ਸਿੰਘ ਔਰ ਐਸਐਚਓ ਮਹਿਣਾ ਆਏ ਆ ਉਹਨਾਂ ਨੇ ਦੇਖਿਆ ਵੀ ਬੈੱਡ 'ਤੇ ਹੀ ਪਏ ਜਿਹੜਾ ਬੱਚੇ ਉਦੋਂ ਸੁੱਤੇ ਹੀ ਪਏ ਸੀਗੇ ਜਦੋਂ ਉਹਨਾਂ ਦੇ ਸੱਟਾਂ ਲੱਗੀਆਂ ਅਤੇ ਥੌੜੇ ਵਗੈਰਾ ਨਾਲ ਉਹਨੇ ਜਿਹੜਾ ਬੱਚਿਆਂ ਦੇ ਮਾਰੀਆਂ ਪਤਾ ਨਹੀਂ ਕੀ ਉਹਦੇ ਮਨ 'ਚ ਉਸ ਵੇਲੇ ਆਇਆ ਅਤੇ ਬੱਚਿਆਂ ਦਾ ਜਿਹੜਾ ਹੈਗਾ ਉਹ ਇਲਾਜ ਚੱਲ ਰਿਹਾ ਮੋਗੇ ਬੇਟਾ ਸੀਰੀਅਸ ਆ ਉਹਦਾ ਆਪਰੇਸ਼ਨ ਹੋ ਰਿਹਾ ਔਰ ਬੱਚੀ ਦਾ ਵੀ ਉੱਥੇ ਇਲਾਜ ਚੱਲ ਰਿਹਾ ਮੈਡੀ ਸਿਟੀ 'ਚ ਇਹਦੇ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਗੀ ਲੇਕਿਨ 3 ਕੁ ਕਿੱਲੇ ਜ਼ਮੀਨ ਸੀਗੀ ਉਸ ਹਿਸਾਬ ਨਾਲ ਲਿਮਿਟ ਲੁਮਿਟ ਹੁੰਦੀ ਆ 2-3 ਲੱਖ ਦਾ ਆਪਦੀ ਮੌਤ ਜਦੋਂ ਇਹਨੇ ਬੱਚਿਆਂ ਦੇ ਨਾਲ ਇਹ ਸੱਟਾਂ ਮਾਰਤੀਆਂ ਉਸ ਤੋਂ ਬਾਅਦ ਇਹ ਗੇਟ ਖੋਲ੍ਹ ਕੇ ਘਰ ਦਾ ਬਾਹਰ ਨੂੰ ਚਲਿਆ ਗਿਆ ਖੇਤਾਂ ਵੱਲ ਨੂੰ ਔਰ ਉੱਥੇ ਸਾਡੇ ਬੰਦੇ ਮਗਰ ਗਏ ਦੇਖਣ ਜਦੋਂ ਇਸ ਗੱਲ ਦਾ ਸਾਰਿਆਂ ਨੂੰ ਪਤਾ ਲੱਗਿਆ 7:30 ਵਜੇ ਦਾ ਹੀ ਟਾਈਮ ਸੀ ਸਵੇਰ ਦਾ ਉਹ ਜਦੋਂ ਮਗਰ ਜਾ ਕੇ ਦੇਖਿਆ ਤਾਂ ਜਿਹੜੇ ਹਾਈ ਵੋਲਟੇਜ ਲਾਈਨਾਂ ਜਾਂਦੀਆਂ ਪਿੰਡ ਕੋਲ ਦੀ ਇਹਨਾਂ ਦੇ ਉੱਪਰ ਉਹਦਾ ਕੱਪੜਾ ਲੌਂਕਦਾ ਸੀ ਤਾਂ ਜਦੋਂ ਜਾ ਕੇ ਦੇਖਿਆ ਉਹ ਆਪ ਥੱਲੇ ਡਿੱਗਿਆ ਸੀ ਜੋ ਕਿ ਉਹਦਾ ਜਿਹੜਾ ਸਰੀਰ ਆ ਉਹ ਬੁਰੀ ਤਰ੍ਹਾਂ ਸੜ ਚੁੱਕਿਆ ਸੀਗਾ ਔਰ ਉਹਦੀ ਮੌਕੇ 'ਤੇ ਹੀ ਮੌਤ ਉੱਥੇ ਹੋ ਗਈ ਹਾਂਜੀ ਸੁਸਾਈਡ ਕੀਤਾ ਕੀ ਸਮਝਿਆ ਜਾਵੇ ਹਾਂਜੀ ਸੁਈਸਾਈਡ ਕੀਤਾ ਜਦੋਂ ਬੱਚਿਆਂ ਨੇ ਸੱਟਾਂ ਮਾਰੀਆਂ ਆਪ ਜਾ ਕੇ ਐਡੇ ਵੱਡੇ ਟਾਵਰ 'ਤੇ ਚੜਿਆ ਤਾਂ ਸੁਈਸਾਈਡ ਹੀ ਹੈ ਜੀ ਬੱਚੇ ਦੇ ਕਿੰਨੀ ਕੁ ਉਮਰ ਸੀ ਬੱਚੇ ਇੱਕ 7 ਕੁ ਸਾਲ ਦਾ ਸੀ ਬੇਟੀ 6 ਬੇਟਾ 6 ਕੁ ਸਾਲ ਦਾ ਸੀ ਇਹ ਕਿੰਨੇ ਕੇਵੀ ਦਾ ਟਾਵਰ ਹੈ ਜੀ ਇੱਕ ਰਾਮੂਵਾਲਾ ਤੋਂ 2 ਬੱਚੇ ਆਏ ਨੇ ਹਾਂਜੀ ਕੀ ਉਹਨਾਂ ਦੀ ਕੰਡੀਸ਼ਨ ਹੈ ਤੇ ਕੀ ਕਾਰਨ ਕੀ ਉਹਨਾਂ ਦੇ ਕਿਵੇਂ ਕਿਸ ਮੌਲ ਚ ਆਏ ਜੀ ਇਹ ਬੱਚੇ ਦੋਨੋਂ ਸਵੇਰ ਆਏ ਸੀਗੇ 9:30 ਵਜੇ ਦੇ ਕਰੀਬ ਇਸ ਤਰ੍ਹਾਂ ਹੋਇਆ ਕਿ ਇਹਨਾਂ ਦੇ ਜਿਹੜੇ ਫਾਦਰ ਹੈਗੇ ਆ ਇੱਕ ਉਹਨਾਂ ਨੇ ਇਹਨਾਂ ਦੇ ਘਰੇ ਹੀ ਸੱਟਾਂ ਮਾਰੀਆਂ ਸਿਰ ਦੇ ਉੱਪਰ ਇੱਕ ਬੱਚਾ 7 ਸਾਲ ਦਾ ਜਿਹੜਾ ਲੜਕਾ ਹੈ ਲੜਕੀ ਹੈਗੀ ਹੈ 11 ਸਾਲ ਦੀ ਹੁਣ ਇਹਨਾਂ ਦੇ ਫਾਦਰ ਨੇ ਜੋ ਪਿੰਡ ਵਾਲਿਆਂ ਨੇ ਦੱਸਿਆ ਸਾਨੂੰ ਆ ਕੇ ਕਿ ਉਹਨੇ ਹਥੌੜਿਆਂ ਨਾਲ ਇਹਨਾਂ ਦੇ ਸਿਰ ਦੇ ਵਿੱਚ ਕਾਫੀ ਸੱਟਾਂ ਮਾਰੀਆਂ ਜਿਹੜੀ ਬਹੁਤ ਜ਼ਿਆਦਾ ਹੈਡ ਇੰਜਰੀ ਹੋਈ ਹੋਈ ਹੈ ਦੋਨਾਂ ਦੇ ਇੱਕ ਦਾ ਤਾਂ ਲੜਕੇ ਦਾ ਤਾਂ ਬ੍ਰੇਨ ਵੀ ਥੋੜ੍ਹਾ ਬਾਹਰ ਆਇਆ ਹੋਇਆ ਹੁਣ ਦੋਨੋਂ ਬੱਚੇ ਹੀ ਵੈਂਟੀਲੇਟਰ 'ਤੇ ਅਸੀਂ ਪਾ ਦਿੱਤੇ ਸੀ ਆਉਂਦਿਆਂ ਜਿਹੜਾ ਲੜਕਾ ਉਹਦੀ ਸਰਜਰੀ ਚੱਲ ਰਹੀ ਹੈ ਬ੍ਰੇਨ ਦੀ ਜਿਹੜੀ ਲੜਕੀ ਉਹ ਆਈ ਸੀ ਉਹਦੇ ਵਿੱਚ ਵੈਂਟੀਲੇਟਰ 'ਤੇ ਹੈ ਬਾਕੀ ਜਿਹੜਾ ਪੁਲਿਸ ਵਾਲੇ ਆਏ ਸੀਗੇ ਪੁਲਿਸ ਡਿਪਾਰਟਮੈਂਟ ਤੋਂ ਉਹ ਬਿਆਨ ਲੈਣ ਆਏ ਸੀ ਉਹਨਾਂ ਨੂੰ ਅਸੀਂ ਅਜੇ ਦੱਸਿਆ ਕਿ ਦੋਨੋਂ ਹੀ ਅਨਫਿਟ ਹੈਗੇ ਆ ਦੋਨੋਂ ਹੀ ਸੀਰੀਅਸ ਹੈ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਪੁਲਿਸ ਪਤਾ ਕਰੇਗੀ ਕਿ ਕੀ ਕਾਰਨ ਸੀਗਾ ਜਾਂ ਕਿਉਂ ਇਹ ਚਾਂਸ ਹੋਇਆ ਤੁਹਾਡੇ ਕੋਲ ਵੈਸੇ ਪਿੰਡ ਵਾਲਿਆਂ ਨੇ ਕੀ ਦੱਸਿਆ ਜੀ ਮਤਲਬ ਕੀ ਕਾਰਨ ਕੀ ਬਣਿਆ ਇਸ ਘਟਨਾ ਦਾ ਕਾਰਨ ਪਿੰਡ ਵਾਲਿਆਂ ਨੇ ਤਾਂ ਇਹੀ ਦੱਸਿਆ ਕਿ ਉਹ ਨਸ਼ਾ ਕਰਦਾ ਸੀਗਾ ਜਾਂ ਕੋਈ ਪਿੰਡ ਵਾਲਿਆਂ ਨੂੰ ਵੀ ਖੈਰ ਬਹੁਤਾ ਪਤਾ ਨਹੀਂ ਸੀਗਾ ਕਿਉਂਕਿ ਸਵੇਰ ਦੀ ਵਾਰਦਾਤ ਹੈ ਨਾ ਤੜਕੇ ਦੀ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਉੱਥੇ ਰੌਲਾ ਉਲਾ ਪਿਆ ਉਸੇ ਵੇਲੇ ਚੁੱਕ ਕੇ ਲੈ ਆਏ ਹੁਣ ਪਤਾ ਲੱਗੂਗਾ ਕਿ ਹੁਣ ਉੱਥੇ ਕੀ ਗੱਲ ਹੋਈ ਹੈ ਕੀ ਵਾਪਰਿਆ ਕਿਉਂ ਇਹ ਕਾਰਨ ਕੀ ਇਹਦਾ ਬਣਿਆ ਪਿੰਡ ਵਾਲਿਆਂ ਨੇ ਹੈਲਪ ਬਹੁਤ ਕੀਤੀ ਉਹ ਲੈ ਕੇ ਆਏ ਆ
उन्होंने सानू एश्योर कराया कि असी चलो जो भी इन्हों का खर्चा पानी होगा वह भी इकट्ठा करके देंगे तुसी इलाज करो असी भी क्योंकि समझते हैं कि बच्चे सारे जेडे सांझे होंगे तो असी आदि उन्होंने ट्रीटमेंट शुरू कर दिता है बच्चे की सर्जरी चल रही है लड़की का भी इलाज चल रहा है एक व्यक्ति ने दो बच्चों को अपने घायल किया और सुसाइड किया की मामला की सारा की है अज सानू इतलाह मिली आ कि रामूवाल दे विच बहुत ही नहायत दुखदाई घटना वापरी आ इहदे विच जो मुढ़ली पड़ताल जांच करन तो पाया गया कि एक पिंड दे लाल सिंह उमर करीब 43-44 साल दे सी जो खेतीबाड़ी दे नाल संबंध सीगा उस दे दो बच्चे सी एक लड़की सी जिहदी उम्र करीब 11 साल अरमानजीत कौर अते लड़का तकरीबन उम्र 7-8 साल करनवीर सिंह जो कि अकाल अकादमी कालेके विखे पढ़ते सीगे अज सवेरे उसने किसी परेशानी दे अधीन जिहड़ा लोहे दा भारी हथौड़े दे नाल बच्चों बड़ी बुरी तरह उहदे हथौड़े सिर दे विच मार के जख्मी करता जिन्हों इन्हां दे परिवारक मैंबर ने मेडिसिटी हस्पताल मोगे दाखिल कराया जिथे वह जिंदगी मौत की लड़ाई लड़ रहे हैं तो इस तो बाद यह लाल सिंह ने अपने पिंड तो बार बार जिहड़ी 63,000 11 KV दियां लाइना लंघ रही वो टावर ते चढ़ के उसनू हाथ पा के आप भी खुदकुशी कर ली है कारण की रहा सर इहदे विच जो भी परिवार वाले जो बयान लिखाउणगे ते उहदे मुताबक पड़ताल की डंगाई दे नाल पड़ताल की क्या की जा रहा कोई परेशान सीगा जां किवें इन्हां दे पिंड वालियां दे दसण मुताबक ते परिवारक मैंबरां दे दसण मुताबक ये कुछ दिमागी तौर पर परेशानी दे आलम विच सी बच्चे दी हालत किवें है जी बच्चों की भी डॉक्टर साहब के नाल गल हुई आ बच्चों की भी उन्हों का ऑपरेशन चल रहा तो उन्होंने भी हालत बड़ी सीरीयस हालत है तो जिन्हें बच्चों को मारा जी सुसाइड करके हाँ जी कार्रवाई की जा रही है वो इन्हों के बयान के आधार पर वो बरखिलाफ़ असी 307 धारा के अधीन मुकदमा दर्ज करके पड़ताल करा